ਦੋਸਤੋ ਜਿਹੜੇ ਮੈਨੂੰ ਜਾਣਦੇ ਹੈ ਉਹਨਾਂ ਨੂੰ ਪਤਾ ਹੈ ਕਿ ਮੇਰਾ ਇਮੀਗ੍ਰੇਸ਼ਨ ਵਿੱਚ ਇੰਟਰਸਟ ਹੈ ਰਿਫਿਊਜ਼ਲ ਐਨਾਲਿਸਿਸ ਜੋ ਵੀ ਕੋਈ ਐਪਲੀਕੇਸ਼ਨ ਰਿਫਿਊਜ਼ ਹੁੰਦੀ ਹੈ ਉਹਦਾ ਮੈਂ ਪੂਰਾ ਐਕਸਰੇ ਕਰਕੇ ਉਹਦਾ ਕੇਪਸ ਨੋਸ ਕਢਵਾ ਕੇ ਉਹਨੂੰ ਫਿਰ ਮੈਂ ਇੰਟਰਪ੍ਰੇਟ ਕਰਦਾ ਕਿ ਵੀਜ਼ਾ ਆਫਿਸਰ ਨੇ ਕਿਉਂ ਇਹਨੂੰ ਡਿਨਾਈ ਕੀਤਾ ਹੈ ਅਤੇ ਆਪਾਂ ਕੀ ਕਰ ਸਕਦੇ ਹਾਂ ਇਨ ਫਿਊਚਰ ਅਗਰ ਜੇ ਐਪਲੀਕੇਸ਼ਨ ਅਪੀਲ ਕਰਨੀ ਹੈ ਰੀਅਪਲਾਈ ਕਰਨੀ ਹੈ। ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਰਿਫਿਊਜ਼ਲ ਐਨਾਲਿਸਿਸ ਆਫ ਸਪਾਊਸ ਵਰਕ ਪਰਮਿਟ। ਤੁਸੀਂ ਅਗਰ ਸਪਾਊਸ ਵੀਜ਼ਾ ਆਪਣਾ ਲਗਵਾ ਚੁੱਕੇ ਹੋ ਜਾਂ ਤੁਹਾਨੂੰ ਕਿਸੇ ਹੋਰ ਸਪਾਊਸ ਵੀਜ਼ਾ ਜਿਹੜੇ ਰਿਫਿਊਜ਼ ਹੋ ਗਏ ਉਹਦੇ ਬਾਰੇ ਨੌਲੇਜ ਹੈ, ਕਈ ਵਾਰ ਉਹ ਸੈਕਸ਼ਨ 201B ਲਾਉਂਦੇ ਹੈ ਜਿਹੜਾ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਕਿ ਫੋਰਨ ਨੈਸ਼ਨਲ ਵਿਲ ਨਾਟ ਲੀਵ ਕੈਨੇਡਾ ਬਾਏ ਦ ਐਂਡ ਆਫ ਪੀਰੀਅਡ ਆਥੋਰਾਈਜ਼ਡ। ਇਹਦਾ ਮਤਲਬ ਕੀ ਹੈ, ਇਹਦਾ ਕੀ ਕਰ ਸਕਦੇ ਹੈ ਉਹਦੇ ਬਾਰੇ ਅੱਜ ਆਪਾਂ ਤਬਸਰਾ ਕਰਨੀ ਹੈ। ਇੱਕ ਥੱਲੇ ਮੈਂ ਹੋਰ ਤੁਹਾਨੂੰ ਦਿਖਾ ਰਿਹਾ ਕਿ ਇੱਕ ਐਪਲੀਕੇਸ਼ਨ ਵਿੱਚ ਰਿਫਿਊਜ਼ਲ ਦਾ ਜੋ ਉਹਨਾਂ ਨੇ ਵੇਰਵਾ ਲਿਖਿਆ ਹੈ ਉਹ ਤੁਹਾਨੂੰ ਮੈਂ ਪੜ੍ਹ ਕੇ ਸੁਣਾਊਂਗਾ, ਇਹਦੇ ਬਾਰੇ ਗੱਲ ਕਰਦੇ ਹਾਂ। ਅਪ੍ਰੈਲ 2018 ਜੋ ਕੁਛ ਹੋਇਆ ਸੀ ਉਹਨਾਂ ਦਾ ਮੈਰਿਜ ਸਰਟੀਫਿਕੇਟ ਫੋਟੋਗ੍ਰਾਫ ਵਗੈਰਾ ਸਭ ਕੁਛ ਹੈ। ਐਪਲੀਕੈਂਟ ਇਜ਼ ਅ ਫਾਰਮਰ, ਐਗਰੀਕਲਚਰ ਇਨਕਮ ਫਾਰਮ ਆਫ ਜੇ ਫਾਰਮਸ, ਇਨਕਮ ਟੈਕਸ ਰਿਟਰਨਸ ਆਰ ਸਬਮਿਟਡ, ਐਪਲੀਕੈਂਟ ਹੈਜ਼ ਬੈਂਕ ਸਟੇਟਮੈਂਟ ਜਿਹਦੇ ਵਿੱਚ 4.5 ਲੱਖ ਰੁਪਏ ਸ਼ੋਅ ਹੋ ਰਹੇ ਹੈ। ਇਹ ਸਾਰਾ ਪੜ੍ਹਨ ਦੇ ਬਾਅਦ ਤੁਸੀਂ ਦੇਖਦੇ ਹੋ ਕਿ ਇੱਥੇ ਥੱਲੇ ਲਿਖਿਆ ਇਹਨਾਂ ਨੇ ਐਪਲੀਕੇਸ਼ਨ ਇਜ਼ ਰਿਫਿਊਜ਼ ਅੰਡਰ 201B। ਮੋਟਾ ਮੋਟਾ ਜਿਹੜਾ ਹਿਸਾਬ ਕਿਤਾਬ ਹੈ 201B ਦਾ ਸਿਰਫ ਇੰਨਾ ਹੀ ਹੈ ਕਿ ਐਪਲੀਕੈਂਟ ਜਿਹੜਾ ਅਪਲਾਈ ਕਰ ਰਿਹਾ ਉਹ ਪ੍ਰੋਪਰ ਤਰੀਕੇ ਨਾਲ ਇਸਟੈਬਲਿਸ਼ ਨਹੀਂ ਹੈ ਇੰਡੀਆ, ਜਾਂ ਤਾਂ ਉਹਦੇ ਕੋਲ ਇਨਕਮ ਦੀ ਕਮੀ ਹੈ, ਜਾਂ ਤਾਂ ਉਹਦੀ ਬੈਂਕ ਡਿਪੋਜ਼ਿਟ ਵਾਲਾ ਕੰਸਿਸਟੈਂਟ ਸਟੇਬਲ ਬੈਂਕ ਹਿਸਟਰੀ ਨਹੀਂ ਸ਼ੋਅ ਹੋ ਰਹੀ। ਰੀਸੈਂਟ ਡਿਪੋਜ਼ਿਟ ਉਹਨਾਂ ਨੇ ਪਾਇਆ ਕਿਸ ਤੋਂ ਪੜ੍ਹ ਕੇ ਵੀ ਹਾਂ ਡਿਪੋਜ਼ਿਟ ਸ਼ੋਅ ਹੋ ਜਾਏ, ਉਹ ਵੀ ਕਨਵਿੰਸਿੰਗ ਨਹੀਂ ਹੁੰਦਾ। ਇਨਕਮ ਟੈਕਸ ਰਿਕਾਰਡ ਅਗਰ ਜੇ ਫਾਰਮਰ ਹੈ ਤਾਂ ਇਨਕਮ ਟੈਕਸ ਰਿਕਾਰਡ ਇਹਨਾਂ ਕੋਲ ਹੋਏਗਾ ਨਹੀਂ, ਜੇ ਫਾਰਮ ਨੂੰ ਜ਼ਿਆਦਾ ਉਹ ਤਵੱਜੋ ਦਿੰਦੇ ਨਹੀਂ, ਕ੍ਰੈਡੀਬਿਲਟੀ ਉਹਦੀ ਬਹੁਤ ਲੋ ਹੈ। ਸੋ ਟੋਟਲ ਜਿਹੜੀ ਵੈਲੂਏਸ਼ਨ ਹੈ, ਫਾਈਨੈਂਸ਼ੀਅਲ ਸਟਰੈਂਥ ਹੈ ਐਪਲੀਕੈਂਟ ਦੀ, ਉਹਨੂੰ ਕਨਵਿੰਸ ਨਹੀਂ ਹੁੰਦੇ ਕਿ ਵੀ ਇਹਨਾਂ ਕੋਲ ਇੰਨਾ ਪੈਸਾ ਹੈ ਜਾ ਕੇ ਆਪਣੀ ਵਾਈਫ ਕੋਲ ਜਾ ਕੇ ਉੱਥੇ ਰਹਿ ਕੇ ਵਧੀਆ ਤਰੀਕੇ ਨਾਲ ਸੈਟਲ ਹੋ ਜਾਏ। ਜਦਕਿ ਇਸ ਚੀਜ਼ ਵਿੱਚ ਲੋਜਿਕ ਤਾਂ ਹੈ ਨਹੀਂ, ਕਿਉਂਕਿ ਵਾਈਫ ਆਲਰੇਡੀ ਇਸ ਪੋਸੀਬਲੀ ਕਿ ਸ਼ਾਇਦ ਉਹ ਪੜ੍ਹਾਈ ਦੇ ਨਾਲ ਨਾਲ ਸ਼ਾਇਦ ਕੰਮ ਵੀ ਕਰ ਰਹੀ ਹੈ, ਅਤੇ ਹਸਬੈਂਡ ਵੀ ਜਾ ਕੇ ਉੱਥੇ ਜਾ ਕੇ ਕੁਝ ਨਾ ਕੋਈ ਪਾਰਟ ਟਾਈਮ ਜੋਬ ਜਾਂ ਇਨੀਸ਼ਲੀ ਕੁਝ ਹੋਰ ਕੋਈ ਜੋਬ ਲੈ ਕੇ ਆਪਣਾ ਗੁਜ਼ਰ ਬਸਰ ਕਰ ਸਕਦੇ ਹਾਂ। ਲੇਕਿਨ ਫਿਰ ਵੀ ਇੱਥੋਂ ਜਾਣ ਵੇਲੇ ਉਹ ਜ਼ਰੂਰ ਦੇਖਦੇ ਹਾਂ ਕਿ ਵੀ ਕਿ ਇਨਕਮ ਕਿੰਨੀ ਹੈ ਐਪਲੀਕੈਂਟ ਕੋਲ। ਸੋ ਇਨਕਮ ਦਾ ਸਭ ਤੋਂ ਵਧੀਆ ਜਿਹੜਾ ਸੋਰਸ ਹੈ ਉਹ ਹੈ ਅਗਰ ਤੁਸੀਂ ਜੋਬ ਕਰ ਰਹੇ ਹੋ, ਤੁਹਾਡੇ ਕੋਲ ਇਨਕਮ ਸਲਿਪਸ ਹੈ, ਇਨਕਮ ਡੈਟ ਮੀਨਸ ਕਿ ਨੌਕਰੀ ਦੇ ਤੁਹਾਡੇ ਕੋਲ ਸਲਿਪਸ ਹੈ, ITR ਤੁਹਾਡੇ ਕੋਲ ਹੈ, ਸਟੇਬਲ ਬੈਂਕ ਹਿਸਟਰੀ ਹੈ, ਪਿਛਲੇ 1 ਸਾਲ 2 ਸਾਲ ਦੀ ਬੈਂਕ ਹਿਸਟਰੀ ਹੈ ਜਿਹਦੇ ਵਿੱਚ ਰੈਗੂਲਰਲੀ ਤੁਹਾਡੀ ਸੈਲਰੀ ਡਿਪੋਜ਼ਿਟ ਹੋ ਰਹੀ ਹੈ, ਡੈਟ ਇਜ਼ ਦੀ ਬੈਸਟ ਪੋਸੀਬਲੀ ਵੇ ਕਿ ਟੂ ਕਾਊਂਟਰ 201B। ਔਨ ਦਾ ਅਦਰ ਹੈਂਡ ਅਗਰ ਤੁਸੀਂ ਫਾਰਮਿੰਗ ਕਰਦੇ ਹੋ, ਤੁਹਾਡੇ ਕੋਲ ਸਿਰਫ ਜੇ ਫਾਰਮ ਹੈ, ਸਾਲਾਨਾ ਤੁਹਾਡੇ ਕੋਲ ਇੱਕ ਇਕੱਠੀ ਇੱਕ ਕੋਈ ਡਿਪੋਜ਼ਿਟ ਤੁਸੀਂ ਕਰ ਰਹੇ ਹੋ ਇਨਕਮ ਦਾ, ਉਹ ਬਿਲਕੁਲ ਕੌਂਟਰਰੀ ਹੈ 201B ਦੇ, ਉਹ ਇਨਕਮ ਦੇ ਪੁਆਇੰਟ ਆਫ ਵਿਊ ਨਾਲ ਸੈਟਿਸਫਾਈ ਨਹੀਂ ਹੋਣਗੇ ਕਿ ਤੁਸੀਂ ਫਾਰਮਲੀ ਇਸਟੈਬਲਿਸ਼ ਹੋ। ਸੋ ਉਹ ਮੈਂ ਡਿਸਕਸ ਕਰਨਾ ਸੀ ਕਿ ਕੋਸ਼ਿਸ਼ ਕਰੋ ਕਿ ਤੁਹਾਡੀ ਬੈਂਕ ਹਿਸਟਰੀ ਪਿਛਲੇ ਐਟਲੀਸਟ 1 ਸਾਲ ਜਾਂ 2 ਸਾਲ ਦੀ ਬਿਲਕੁਲ ਕੰਸਿਸਟੈਂਟ ਹੋ। ਡੈਟ ਮੀਨਸ ਉਹਦੇ ਵਿੱਚ ਡਿਪੋਜ਼ਿਟ ਆ ਰਿਹਾ ਜਾ ਰਿਹਾ, ਐਟਲੀਸਟ 2 ਸਾਲ ਦੀ ਬੈਂਕ ਹਿਸਟਰੀ ਤੁਹਾਡੇ ਕੋਲ ਹੋਏ, ਇਨਕਮ ਸਲਿਪ ਜਾਂ ਕੰਸਿਸਟੈਂਟ ਮੰਥਲੀ ਇਨਕਮ ਦਾ ਇੱਕ ਪਰੂਫ ਹੋਣਾ ਜ਼ਰੂਰੀ ਹੈ। ITR ਈਵਨ ਦੋ ਇਨਕਮ ਟੈਕਸ ਫਾਰਮਰਸ ਵਗੈਰਾ ਨੂੰ ਭਰਨ ਦੀ ਲੋੜ ਨਹੀਂ ਹੈ, ਲੇਕਿਨ ਕੋਈ ਨਾ ਕੋਈ ਇੱਕ ਆਫਿਸ਼ੀਅਲ ਪਰੂਫ ਹੋ ITR ਦਾ ਜਾਂ ਇਨਕਮ ਸਟੇਟਮੈਂਟ ਦਾ ਥਰੂ ਚਾਰਟਰ ਅਕਾਊਂਟੈਂਟ ਜਾਂ ਥਰੂ ਸਮ ਅਦਰ ਵੇ, ਇਹ ਜ਼ਰੂਰ ਕਰਨਾ ਚਾਹੀਦਾ। ਅਦਰਵਾਈਜ਼ ਇਨਕਮ ਆਫਿਸ਼ੀਅਲੀ ਸਾਬਿਤ ਨਹੀਂ ਹੋਏਗੀ। ਔਨ ਦਾ ਅਦਰ ਹੈਂਡ ਜਿਹੜੀ ਵਾਈਫ ਕੈਨੇਡਾ ਬੈਠੀ ਹੈ ਉਹਨਾਂ ਕੋਲ ਐਟਲੀਸਟ ਆਈ ਵੁੱਡ ਸੇ ਐਟਲੀਸਟ 14,000 ਤੋਂ 15,000 ਡੋਲਰ ਕੈਸ਼, ਨੋਟ ਇਨ GIC, ਕੈਸ਼ ਹੋਣਾ ਚਾਹੀਦਾ ਉਹਨਾਂ ਦੇ ਅਕਾਊਂਟ ਵਿੱਚ। ਮੈਂ ਤਾਂ ਇਹ ਸੋਚਦਾ ਕਿ ਬਜਾਏ ਕਿ ਤੁਸੀਂ ਇੱਥੋਂ ਹੀ ਇੰਨਾ ਜ਼ਿਆਦਾ ਪੈਸਾ ਸ਼ੋਅ ਕਰੋ, ਕੋਈ 5 ਲੱਖ ਸ਼ੋਅ ਕਰ ਰਿਹਾ, ਕੋਈ 10 ਲੱਖ ਸ਼ੋਅ ਕਰ ਰਿਹਾ, ਕਿਉਂ ਨਾ ਅਸੀਂ ਵਾਈਫ ਦੇ ਅਕਾਊਂਟ ਵਿੱਚ ਟ੍ਰਾਂਸਫਰ ਕਰਦੀ ਹੈ ਵਾਈਫ ਨੂੰ, ਐਟਲੀਸਟ ਅਗਰ 20-25,000 ਡੋਲਰ ਉਹਦੇ ਕੋਲ ਹੈ ਤਾਂ ਡੈਟ ਇਜ਼ ਅ ਵੈਰੀ ਸਟਰੋਂਗ ਕਨਵਿੰਸਿੰਗ ਪਰੂਫ ਕਿ ਕਪਲ ਕੋਲ ਪੈਸਾ ਹੈ ਅਤੇ ਉਹ ਜਾ ਕੇ ਆਪਣਾ ਵਾਈਫ ਜਿਹੜੇ ਹਸਬੈਂਡ ਨੂੰ ਸਪੋਰਟ ਕਰ ਸਕਦੀ ਹੈ। ਸੋ ਦਿਸ ਇਜ਼ ਆਲ ਵਟ ਆਈ ਹੈਵ ਟੂ ਸੇ, ਬਟ ਲੈਟਸ ਰੀਡ ਦਿਸ ਮੋਰ। ਦ ਐਪਲੀਕੈਂਟ ਹੈਜ਼ ਸਬਮਿਟਡ ਅ ਬੈਂਕ ਸਟੇਟਮੈਂਟ ਸ਼ੋਇੰਗ ਅ ਬੈਲੈਂਸ ਆਫ 4.6 ਲੱਖ। ਆਈ ਨੋਟ ਦੈਟ ਦ ਬੈਲੈਂਸ ਇਜ਼ ਅ ਐਕਿਊਮੂਲੇਸ਼ਨ ਆਫ ਰੀਸੈਂਟ ਡਿਪੋਜ਼ਿਟ, ਦੇਖਦੇ ਹੋ ਨਾ ਐਕਿਊਮੂਲੇਸ਼ਨ, ਇਹਨਾਂ ਨੇ ਸ਼ਾਇਦ ਰੀਸੈਂਟ ਡਿਪੋਜ਼ਿਟ ਕੀਤਾ ਹੋਣਾ ਜ਼ਿਆਦਾ,
ਪਿਛਲੇ ਇੱਕ ਸਾਲ ਦੋ ਸਾਲ ਦੀ ਸਟੇਬਲ ਬੈਂਕ ਹਿਸਟਰੀ ਨਹੀਂ ਸੀ. ਪ੍ਰੀਵੀਅਸ ਰਿਫਿਊਜ਼ਲ ਲੋਟਡ ਆਫਟਰ ਸਪੋਰਟਿੰਗ ਡਾਕੂਮੈਂਟਸ ਸਫੀਸ਼ੀਐਂਟ ਫੰਡਸ ਆਰ ਅਵੇਲੇਬਲ ਟੂ ਸਪੋਰਟ ਐਜੂਕੇਸ਼ਨ ਲਿਵਿੰਗ ਐਕਸਪੈਂਸਿਸ ਆਫ ਦ ਫੈਮਲੀ. ਈਵਨ ਦੋ ਆਈ ਡੋਂਟ ਐਗਰੀ ਵਿਦ ਦਿਸ ਲੋਜਿਕ, ਪਰ ਵੀਜ਼ਾ ਆਫਿਸਰ ਰਾਜਾ ਹੈ ਬਈ. ਵੀਜ਼ਾ ਆਫਿਸਰ ਅਗਰ ਕਹਿ ਰਹੇ ਹੈ ਕਿ ਵੀ ਜੇ ਸੈਟਿਸਫਾਈ ਨਹੀਂ ਹੈ ਸਫੀਸ਼ੀਐਂਟ ਫੰਡਸ ਅਵੇਲੇਬਲ, ਸੋ ਹੁਣ ਐਪਲੀਕੇਸ਼ਨ ਦੁਬਾਰਾ ਲਾਣੀ ਪਏਗੀ, ਮਤਲਬ ਕੋਈ ਕੁਛ ਨਹੀਂ ਕਰ ਸਕਦਾ ਵਿੱਚ. ਸੋ ਆਈ ਐਮ ਨੋਟ ਆਲਸੋ ਨਾ ਸੈਟਿਸਫਾਈਡ ਦ ਐਪਲੀਕੈਂਟਸ ਇਸਟੈਬਲਿਸ਼ਮੈਂਟ ਹੋਮ ਕੰਟਰੀ ਵੁੱਡ ਮੋਟੀਵੇਟ ਇਸ ਡਿਪਾਰਚਰ ਫਰੋਮ ਕੈਨੇਡਾ. ਇਹਦੇ ਬਾਰੇ ਮੈਂ ਕਈ ਹੋਰ ਵੀਡੀਓ ਬਣਾਏ ਆ, ਕਿਉਂਕਿ ਕਿਹੜਾ ਸਟੂਡੈਂਟ ਹੈ ਜਿਹੜਾ ਵਾਪਸ ਮੁੜ ਕੇ ਆਇਆ. ਐਪਲੀਕੈਂਟ ਇੱਕ ਹਸਬੈਂਡ ਹੈ, ਵਾਈਫ ਨਾਲ ਇਕੱਠੇ ਹੋਣ ਲਈ ਜਾ ਰਹੇ ਹੈ, ਮੈਰਿਜ ਕੀਤੀ ਹੋਈ ਹੈ, ਲੀਗਲ ਮੈਰਿਜ ਹੈ, ਦੇ ਹੈਵ ਦ ਪਰੂਫ ਆਫ ਮੈਰਿਜ, ਅਤੇ ਦੋਨਾਂ ਨੇ ਮੁੜ ਕੇ ਵਾਪਸ ਨਹੀਂ ਆਉਣਾ. ਪਰ ਆਹ ਜਿਹੜਾ ਸਟੇਟਮੈਂਟ ਹੈ ਕਿ ਵੀ ਮੋਟੀਵੇਟ ਇਸ ਡਿਪਾਰਚਰ ਫਰੋਮ ਕੈਨੇਡਾ, ਇਹ ਕਾਊਂਟਰ ਹੋ ਸਕਦਾ ਹੈ ਅਗਰ ਤੁਹਾਡੀ ਇਸਟੈਬਲਿਸ਼ਮੈਂਟ ਇੰਡੀਆ ਦੀ ਬਹੁਤ ਵਧੀਆ ਹੈ, ਤੁਹਾਡੀ ਇਨਕਮ ਸ਼ੋਅ ਹੋ ਰਹੀ ਹੈ, ਤੁਹਾਡੀ ਬੈਂਕ ਹਿਸਟਰੀ ਸ਼ੋਅ ਹੋ ਰਹੀ ਹੈ, ਤੁਹਾਡੇ ਜਿਹੜੇ ਆਈ ਟੀ ਆਰ ਸ਼ੋਅ ਹੋ ਰਹੇ ਹੈ, ਬੈਂਕ ਡਿਪੋਜ਼ਿਟ ਵਿੱਚ ਬਹੁਤ ਜ਼ਿਆਦਾ ਇੱਕ ਅਪ ਡਾਊਨ ਨਹੀਂ ਸ਼ੋਅ ਹੋ ਰਿਹਾ, ਸਟੇਬਿਲਿਟੀ ਸ਼ੋਅ ਹੋ ਰਹੀ ਹੈ, ਫਿਰ 201 ਵੀ ਕਾਊਂਟਰ ਹੋ ਸਕਦਾ. ਬਸ ਇਹੀ ਮੈਂ ਤੁਹਾਨੂੰ ਸ਼ੋਅ ਕਰਨਾ ਸੀ. ਸੋ ਇੱਕ ਹੋਰ ਰੀਜ਼ਨ ਹੁੰਦਾ ਹੈ 205C2, ਉਹਦੇ ਬਾਰੇ ਵੀ ਮੈਂ ਇੱਕ ਸੈਪਰੇਟ ਵੀਡੀਓ ਬਣਾਈ ਹੋਈ ਹੈ, ਅਤੇ ਉਹ ਤੁਸੀਂ ਮੈਂ ਇੱਕ ਲਿੰਕ ਪਾ ਦਿਆਂਗਾ, ਜ਼ਰੂਰ ਤੁਸੀਂ ਦੇਖੋ. ਸੋ ਮੇਜਰ ਰੀਜ਼ਨ ਜਿਹੜੇ ਸਪਾਊਸ ਵੀਜ਼ਾ ਰਿਫਿਊਜ਼ਲ ਦੇ ਹਮੇਸ਼ਾ ਰਹੇ ਹੈ 201B ਅਤੇ ਨਾਲ 205C2, ਅਤੇ ਉਹ ਤੁਸੀਂ ਦੇਖੋ ਅਤੇ ਜ਼ਰੂਰ ਆਪਣੀ ਐਪਲੀਕੇਸ਼ਨ ਨੂੰ ਇੰਪਰੂਵ ਕਰੋ. ਅਗਰ ਤੁਸੀਂ ਮੈਨੂੰ ਮਿਲਣਾ ਹੈ ਅਤੇ ਮੈਂ ਇਸ ਹਫ਼ਤੇ ਮੈਂ ਦਿੱਲੀ ਲੋਕਾਂ ਨੂੰ ਮਿਲ ਰਿਹਾ, ਤਾਂ ਤੁਸੀਂ ਅਗਰ ਰਿਫਿਊਜ਼ਲ ਤੁਹਾਡੀ ਕੋਈ ਹੈ ਤਾਂ ਆ ਕੇ ਜ਼ਰੂਰ ਮਿਲੋ. ਹੋ ਸਕਦਾ ਕਿ ਮੈਂ ਤੁਹਾਨੂੰ ਕੋਈ ਫਰੈਸ਼ ਆਈਡੀਆ, ਫਰੈਸ਼ ਪਰਸਪੈਕਟਿਵ ਦੇ ਕੇ ਤੁਹਾਡੀ ਐਪਲੀਕੇਸ਼ਨ ਇੰਪਰੂਵ ਕਰ ਸਕਾਂ. ਮੈਂ ਆਪਣਾ ਵਟਸਐਪ ਨੰਬਰ ਥੱਲੇ ਲਿਖ ਦਿਆਂਗਾ, ਈਮੇਲ ਲਿਖ ਦਿਆਂਗਾ, ਤੁਸੀਂ ਆਪਣੇ ਰਿਫਿਊਜ਼ਲ ਲੈਟਰ ਮੈਨੂੰ ਈਮੇਲ ਕਰੋ, ਫਿਰ ਅਪੋਇੰਟਮੈਂਟ ਲੈ ਕੇ ਤੁਸੀਂ ਆ ਸਕਦੇ ਹੋ. ਰਿਮੈਂਬਰ ਲਾਸਟ ਵੀਕ ਆਫ ਔਗਸਟ, ਹੁਣ ਤੋਂ ਲੈ ਕੇ ਅੱਜ 17 ਤਰੀਕ ਹੈ, ਹੁਣ ਤੋਂ ਲੈ ਕੇ ਅਗਲੇ 7-10 ਡੇਜ਼ ਤੁਸੀਂ ਮੈਨੂੰ ਦਿੱਲੀ ਮਿਲ ਸਕਦੇ ਹੋ. ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ ਐਂਡ ਆਈ ਵਿਲ ਸੀ ਯੂ ਸੂਨ. ਗੁੱਡ ਲੱਕ.